ਦੇਖੋ ਮੈਂ ਸਮਝਦਾ ਕਿ ਜਿਸ ਤਰੀਕੇ ਦੇ ਨਾਲ ਅੰਮ੍ਰਿਤਸਰ ਦੇ ਵਿੱਚ ਪਰਸੋਂ ਜੋ 1000 ਕਰੋੜ ਤੋਂ ਵੀ ਵੱਧ ਦੀ ਹੈਰੋਇਨ ਫੜੀ ਗਈ ਹੈ ਉਹਦੇ ਵਿੱਚ ਉਹ ਫੜੀ ਗਈ ਹੈ ਕਿਸੇ ਅਕਾਲੀ ਲੀਡਰ ਦੀ ਕੋਠੀ ਦੇ ਵਿੱਚੋਂ ਤੇ ਉਸ ਤੋਂ ਬਾਅਦ ਹੁਣ ਉਸੇ ਕੇਸ ਦੇ ਵਿੱਚ ਕਾਂਗਰਸੀ ਐਮਸੀ ਦੇ ਮੁੰਡੇ ਦਾ ਨਾਮ ਆਉਣਾ ਇਹ ਸਪਸ਼ਟ ਕਰ ਦਿੰਦਾ ਜੋ ਆਮ ਆਦਮੀ ਪਾਰਟੀ ਬੜੇ ਲੰਮੇ ਸਮੇਂ ਤੋਂ ਕਹਿੰਦੀ ਆ ਰਹੀ ਹੈ ਕਿ ਇਹ ਜਿਹੜਾ ਨੈਕਸਸ ਫੈਲਿਆ ਘਰ ਘਰ ਪੰਜਾਬ ਦੇ ਵਿੱਚ ਨਸ਼ਾ ਪਹੁੰਚਿਆ ਜਿਹੜਾ ਡਰੱਗ ਮਾਫੀਆ ਬਣਿਆ ਇਹ ਅਕਾਲੀਆਂ ਕਾਂਗਰਸੀਆਂ ਲੀਡਰਾਂ ਦੀਆਂ ਸ਼ਹਿਾਂ ਤੋਂ ਬਿਨਾਂ ਨਹੀਂ ਬਣਿਆ ਹੈਗਾ ਇਹ ਜਿਹੜਾ ਨੈਕਸਸ ਪਿਛਲੀ ਅਕਾਲੀ ਸਰਕਾਰ ਦੇ ਸਮੇਂ ਸ਼ੁਰੂ ਹੋਇਆ ਸੀਗਾ ਲੀਡਰ ਪੁਲਿਸ ਔਰ ਮਾਫੀਆ ਦਾ ਜਿਹੜਾ ਇੱਕ ਗਰੁੱਪ ਬਣਿਆ ਸੀਗਾ ਉਹਦੇ ਉੱਪਰ ਹੁਣ ਕਾਂਗਰਸੀਆਂ ਨੇ ਕਬਜ਼ਾ ਕਰ ਲਿਆ ਜਾਪਦਾ ਮੈਂ ਸਮਝਦਾ ਕਿ ਕੈਪਟਨ ਅਮਰਿੰਦਰ ਸਿੰਘ ਲਈ ਬਹੁਤ ਵੱਡੇ ਸਵਾਲ ਖੜੇ ਕਰਦਾ ਤੇ ਉਹਨਾਂ ਨੂੰ ਜਵਾਬ ਦੇਣਾ ਚਾਹੀਦਾ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਗੁਟਕਾ ਸਾਹਿਬ ਦੀ ਸਹੁੰ ਖਾਧੀ ਸੀ ਕਿ ਅਸੀਂ ਨਸ਼ੇ ਖਤਮ ਕਰ ਦਾਂਗੇ 4 ਹਫ਼ਤੇ ਦੇ ਵਿੱਚੋਂ ਤੇ ਅੱਜ ਸਰਕਾਰ ਬਣਨ ਦੇ 3 ਸਾਲ ਬਾਅਦ ਵੀ ਜੇ ਉਹਨਾਂ ਦੇ ਕਾਂਗਰਸੀ ਲੀਡਰਾਂ ਦੇ ਜਾਂ ਉਹਨਾਂ ਦੇ ਮੁੰਡਿਆਂ ਦਾ ਹੱਥ ਉਹਨਾਂ ਕੇਸਾਂ ਦੇ ਵਿੱਚ ਪਾਇਆ ਜਾਂਦਾ ਜਿੱਥੇ ਹਜ਼ਾਰਾਂ ਕਰੋੜਾਂ ਦੀਆਂ ਡਰੱਗ ਤਸਕਰੀ ਦੇ ਮਸਲੇ ਇਨਵੋਲਵ ਨੇ ਮੈਂ ਸਮਝਦਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਇਹਦੇ ਬਾਰੇ ਮਾਫੀ ਮੰਗਣੀ ਚਾਹੀਦੀ ਹੈ ਜਵਾਬ ਦੇਣਾ ਚਾਹੀਦਾ ਕਿਉਂਕਿ ਪੰਜਾਬ ਸਵਾਲ ਕਰਦਾ ਉਹਨਾਂ ਤੋਂ ਕਿ ਕਿਸ ਵਜ੍ਹਾ ਕਰਕੇ ਉਹਨਾਂ ਦੇ ਜਿਹੜੇ ਕਾਂਗਰਸੀ ਲੀਡਰ ਨੇ ਉਹ ਡਰੱਗ ਤਸਕਰੀ ਦੇ ਵਿੱਚ ਇਨਵੋਲਵ ਨੇ।